ਪੰਜਾਬ ਵਿੱਚ ਦਿਨ ਪਰ ਦਿਨ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਖੁਦਕੁਸ਼ੀਆਂ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਕਾਰਨ ਕੋਈ ਹੋਰ ਨਹੀਂ ਬਲਕਿ ਕਿਸਾਨਾਂ ਦਾ ਕਰਜ਼ਾ ਅਤੇ ਮੰਡੀਆਂ ਵਿੱਚ ਰੁਲਦੀ ਫਸਲ ਹੈ। ਪਰ ਸਰਕਾਰ ਵੱਲੋਂ ਫਸਲਾਂ ਦਾ ਮੰਡੀਕਰਨ ਕਰਨ ਤੋਂ ਬਾਅਦ ਅਨਾਜ ਨੂੰ ਸਰਕਾਰੀ ਗੋਦਾਮਾਂ ਵਿੱਚ ਸਟੋਰ ਕੀਤਾ ਜਾਂਦਾ ਹੈ ਤਾਂ ਜੋ ਅਨਾਜ ਦੀ ਸਾਂਭ ਸੰਭਾਲ ਸਹੀ ਢੰਗ ਨਾਲ ਕੀਤੀ ਜਾ ਸਕੇ। ਪਰ ਤਰਨ ਤਾਰਨ ਵਿੱਚ ਕੁਝ ਅਜਿਹੇ ਸਰਕਾਰੀ ਗੋਦਾਮ ਦੇਖਣ ਨੂੰ ਮਿਲੇ ਜਿਨ੍ਹਾਂ ਵਿੱਚ ਪਈ ਫਸਲ ਬੇਮੌਸਮੀ ਮੀਂਹਾਂ ਕਾਰਨ ਕਾਫ਼ੀ ਖਰਾਬ ਅਤੇ ਬਦਬੂਦਾਰ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਨ ਤਾਰਨ ਵਿੱਚ ਕਈ ਅਜਿਹੇ ਗੋਦਾਮ ਹਨ ਜਿਨ੍ਹਾਂ ਵਿੱਚ ਕਣਕਾਂ ਦੀ ਸਹੀ ਸਾਂਭ ਸੰਭਾਲ ਨਹੀਂ ਹੋ ਰਹੀ, ਜਿਸ ਕਾਰਨ ਹਰ ਸਾਲ ਹੀ ਕਰੋੜਾਂ ਰੁਪਏ ਦੀ ਕਣਕ ਤਬਾਹ ਹੋ ਜਾਂਦੀ ਹੈ, ਜਿਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਹਰ ਸਾਲ ਕਰੋੜਾਂ ਦਾ ਘਾਟਾ ਪੈਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਦੇ ਨਜ਼ਦੀਕ ਪਿੰਡ ਕਦਗਿੱਲ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਖੇ ਪਨਗ੍ਰੇਨ ਦਾ ਸਰਕਾਰੀ ਗੋਦਾਮ ਹੈ, ਜਿੱਥੇ ਕਿ ਹਰ ਸਾਲ ਕਰੋੜਾਂ ਦੀ ਕਣਕ ਸਰਕਾਰ ਵੱਲੋਂ ਸਟੋਰ ਕੀਤੀ ਜਾਂਦੀ ਹੈ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ, ਜਿਸ ਨਾਲ ਹਰ ਸਾਲ ਹੀ ਕਰੋੜਾਂ ਦੀ ਕਣਕ ਗਰਮੀ ਅਤੇ ਸਰਦੀ ਦੇ ਮੌਸਮਾਂ ਦੇ ਮੀਂਹਾਂ ਦੀ ਮਾਰ ਨਾਲ ਸੜ ਕੇ ਸੁਆਹ ਹੋ ਜਾਂਦੀ ਹੈ ਅਤੇ ਬਾਕੀ ਬਚਦੀ ਕਣਕ ਨੂੰ ਸੁਸਰੀ ਪੈ ਜਾਂਦੀ ਹੈ, ਜੋ ਕਿ ਖਾਣ ਦੇ ਯੋਗ ਨਹੀਂ ਰਹਿੰਦੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੰਬੰਧ ਵਿੱਚ ਪ੍ਰਸ਼ਾਸਨ ਨੂੰ ਕਈ ਵਾਰ ਲਿਖਿਆ ਜਾ ਚੁੱਕਿਆ ਅਤੇ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ, ਪਰ ਪ੍ਰਸ਼ਾਸਨ ਘੁੰਮ ਕਰਨ ਦੀ ਨੀਂਦ ਸੁੱਤਾ ਹੋਇਆ ਹੈ। ਇਹ ਜਿਹੜੀ ਗੰਦੀ ਕਣਕ ਪਈ ਆ 3-4 ਸਾਲ ਤੋਂ ਪਈ ਆ, ਅੱਜ ਤੋਂ ਇੱਕ ਸਾਲ ਪਹਿਲਾਂ ਇੱਥੇ ਸੰਘਰਸ਼ ਕਮੇਟੀ ਨੇ ਅਸੀਂ ਸੜਕ ਰੋਕੀ। ਸੰਘਰਸ਼ ਕਮੇਟੀ ਵਾਲੇ ਆਏ, 3 ਘੰਟੇ ਚੱਕਾ ਜਾਮ ਕੀਤਾ, ਸੜਕ ਦੇ ਗਾਹੇ ਬੈਠੇ ਅਤੇ ਸਾਰੇ ਅਫਸਰ ਇੱਥੇ ਆਏ ਸੀ, ਪੁਲਿਸ ਵੀ ਆਈ ਸੀ, ਪੁਲਿਸ ਵੀ ਆਈ ਸੀ ਅਤੇ ਦੂਜੀ ਜਿਹੜੇ ਅਫਸਰ ਇਹਨਾਂ ਗੋਦਾਮਾਂ ਦੇ ਮਾਲਕ ਜਾਂ ਕੀ ਜਾਂਦੇ ਇੰਸਪੈਕਟਰ ਵੀ ਆਏ ਸੀਗੇ ਇੱਥੇ, ਸਾਰੇ ਇੰਸਪੈਕਟਰ, ਵੱਡਾ ਇੰਸਪੈਕਟਰ ਵੀ ਆਏਗਾ। ਉਹਨਾਂ ਉਸ ਦਿਨ ਵਾਅਦਾ ਕੀਤਾ ਸੀਗਾ ਵੀ 1-1.5 ਮਹੀਨੇ ਦੇ ਵਿੱਚ ਅਸੀਂ ਇੱਥੋਂ ਚੁੱਕਾਂਗੇ, ਅਤੇ ਅੱਜ ਤੱਕ ਇਹਨਾਂ ਨੇ ਕੁਛ ਨਹੀਂ ਸੋਚਿਆ। ਅਕਾਲੀ ਸਰਕਾਰ ਚਲੇਗੀ, ਹੁਣ ਕਾਂਗਰਸ ਆਈ, ਕਾਂਗਰਸ ਵੀ ਕੁਛ ਨਹੀਂ ਸੋਚਣ ਦੀ। ਸਾਡਾ ਕੈਪਟਨ ਨੇ ਕਿਹਾ ਸੀ ਮੈਂ ਸਾਰੇ ਕੰਮ ਚੰਗੇ ਕਰੂੰਗਾ, ਆਹ ਕੀ ਚੰਗੇ ਕਾਂਡੇ ਸਾਡਾ ਏ, ਸਾਡੇ ਤਾਂ ਗੰਦ ਦੋ ਮੀਲਾਂ ਤੱਕ ਸਾਨੂੰ ਸੁਸਰੀ ਪੈਂਦੀ, ਘਰਾਂ ਦੇ ਵਿੱਚ ਵੜ ਜਾਂਦੀ, ਸਾਡੀ ਸੁਸਰੀ ਬਣ ਰਹੀ ਆ, ਬਹੁਤ ਹੀ ਬਦਬੋ ਆ ਇੱਥੇ ਆਣ ਕੇ। ਵੱਡੇ ਅਫਸਰ ਚੈੱਕ ਕਰਨ ਆਣ ਕੇ ਗੰਦ ਕਿੰਨਾ। ਰਜਿੰਦਰ ਸਿੰਘ ਜੀ, ਪਿੰਡ ਕਦਗਿੱਲ। ਹਾਂਜੀ, ਦੱਸੋ ਕੀ ਪ੍ਰੋਬਲਮ ਆ ਜੀ? ਸਾਨੂੰ ਜੀ ਇੱਥੇ ਕਣਕ ਜਿਹੜੀ ਗਲੀ ਸੜੀ ਆ ਉਹਦੀ ਬਹੁਤ ਜ਼ਿਆਦਾ 3 ਸਾਲ ਤੋਂ ਅਸੀਂ ਬਹੁਤ ਤੰਗ ਆ। ਸਾਨੂੰ ਇਹ ਨਹੀਂ ਇੱਥੇ ਸੁਸਰੀ ਸਾਡੇ ਘਰਾਂ ਦੇ ਵਿੱਚ ਸਨ, ਜਨਾਨੀਆਂ ਨੂੰ ਆਟਾ ਨਹੀਂ ਗੁੰਨਣ ਦਿੰਦੀ, ਜਿਹੜੀਆਂ ਲਾਗੇ ਫਸਲਾਂ ਵਾ ਸਾਡੀਆਂ ਫਸਲਾਂ ਆਣ ਕੇ ਹੁਣ ਚੈੱਕ ਕਰ ਲਓ ਉਹਨਾਂ ਦੇ ਵਿੱਚ ਕਣਕ ਰੁੜ ਰੁੜ ਕੇ ਗਈ ਆ, ਕਿੰਨਾ ਨੁਕਸਾਨ ਫਸਲਾਂ ਦਾ ਹੋਣ ਡਿਆ। ਆਂਢ ਗੁਆਂਢ ਇੰਨੇ ਤੰਗ ਆ ਅਸੀਂ ਵੀ ਇੱਥੋਂ ਸਾਡਾ ਪਿੰਡ ਵੇਚਣ ਨੂੰ ਸਾਡਾ ਜੀ ਕਰਨ ਡਿਆ ਵੀ ਅਸੀਂ ਇੱਥੋਂ ਵੇਚ ਕੇ ਪ੍ਰੋਪਰਟੀ ਆਪਣੀ ਅਤੇ ਚਲੇ ਜਾਈਏ। ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਵੀ ਮੈਂ ਕਣਕ ਗਰੀਬਾਂ ਨੂੰ ਵੰਡਣੀ ਆ, ਮੈਂ ਆਹ ਕਰਨਾ ਵਾ, ਦੂਜੇ ਪਾਸੇ ਇੱਥੇ ਲੱਖਾਂ ਦੀ ਕਣਕ ਜਿਹੜੀ ਆ ਕਰੋੜਾਂ ਦੀ ਇੱਥੇ ਛਾਣ ਰਹੀ ਆ, ਇਹਦੇ ਵੱਲੇ ਕਿਸੇ ਪੰਜਾਬ ਸਰਕਾਰ ਦਾ ਧਿਆਨ ਨਾ ਸੈਂਟਰ ਸਰਕਾਰ ਦਾ ਧਿਆਨ ਆ। ਸਾਡੀ ਹੱਥ ਜੋੜ ਕੇ ਬੇਨਤੀ ਆ ਜੀ, ਇਹ ਮਸਲਾ ਜਿਹੜਾ ਸਾਡੇ ਲਾਗੋਂ ਕਣਕ ਚੁੱਕੀ ਜਾਵੇ, ਜਿਹੜੀ ਸਾਡੇ ਲਾਗੇ ਬਦਬੂ ਆਉਂਦੀ ਆ, ਸਾਡੇ ਲਾਗੇ ਬਿਮਾਰੀਆਂ ਫੈਲਣ ਦਾ ਜਿਹੜਾ ਹੁਣ ਸਾਨੂੰ ਖਦਸ਼ਾ ਬਣਿਆ ਹੋਇਆ, ਸਾਨੂੰ ਡਰ ਆਉਣ ਡਿਆ ਵੀ ਅਸੀਂ ਇੱਥੇ ਰਹਿਣਾ ਕਿਸ ਤਰ੍ਹਾਂ ਵਾ। ਗੌਰਤਲਬ ਹੈ ਕਿ ਪੰਜਾਬ ਵਿੱਚ ਹਰ ਸਾਲ 20% ਲੋਕ ਗਰੀਬੀ ਰੇਖਾ ਤੋਂ ਹੇਠਾਂ ਜਾ ਰਹੇ ਹਨ, ਜਿਸ ਕਾਰਨ ਪੰਜਾਬ ਵਿੱਚ ਲੋਕ ਬਹੁਤ ਗਰੀਬ ਹੋ ਰਹੇ ਹਨ। ਗੌਰਤਲਬ ਹੈ ਕਿ ਪੰਜਾਬ ਵਿੱਚ ਹਰ ਸਾਲ 20% ਲੋਕ ਗਰੀਬੀ ਰੇਖਾ ਤੋਂ ਹੇਠਾਂ ਜਾ ਰਹੇ ਹਨ। ਜਦ ਇਸ ਸੰਬੰਧ ਵਿੱਚ ਤਰਨ ਤਾਰਨ ਦੇ DC ਪ੍ਰਦੀਪ ਕੁਮਾਰ ਸਬਰਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਕੀਤੀ ਜਾਵੇਗੀ। ਸਪੋਕਸਮੈਨ TV ਦੇ ਲਈ ਤਰਨ ਤਾਰਨ ਤੋਂ ਬਲਦੇਵ ਸਿੰਘ ਪੰਨੂ ਨਾਲ ਪਵਨ ਕੁਮਾਰ ਦੀ ਰਿਪੋਰਟ।